ਗਿੱਦੜਬਾਹ ਦੇ ਰਹਿਣ ਵਾਲੇ 65 ਸਾਲਾਂ ਇੱਕ ਬਜ਼ੁਰਗ ਨੇ ਪੁਲਿਸ ਥਾਣੇ 'ਚ ਜ਼ਹਿਰੀਲੀ ਚੀਜ਼ ਖਾ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕ ਨੇ ਇਹ ਕਦਮ ਉਸ ਵੱਲੋਂ ਕੀਤੀ ਗਈ ਸ਼ਿਕਾਇਤ 'ਤੇ ਇਨਸਾਫ ਨਾ ਮਿਲਣ ਕਰਕੇ ਚੁੱਕਿਆ। 65 ਸਾਲਾਂ ਦਿਆਲ ਸਿੰਘ ਨਾਂ ਦੇ ਵਿਅਕਤੀ ਨੇ ਇੱਕ ਔਰਤ ਸਣੇ 3 ਜਣਿਆਂ 'ਤੇ ਤੰਗ ਪਰੇਸ਼ਾਨ ਕੀਤੇ ਜਾਣ ਦੀ ਸ਼ਿਕਾਇਤ ਥਾਣਾ ਗਿੱਦੜਬਾਹ ਪੁਲਿਸ ਨੂੰ ਬੀਤੀ 30 ਨਵੰਬਰ ਨੂੰ ਕੀਤੀ ਸੀ, ਪਰ ਨਿਆਂ ਨਾ ਮਿਲਣ ਕਰਕੇ ਦਿਆਲ ਸਿੰਘ ਨੇ ਪੁਲਿਸ ਸਟੇਸ਼ਨ 'ਚ ਜ਼ਹਿਰੀਲੀ ਚੀਜ਼ ਨਿਗਲ ਕੇ ਖੁਦਕੁਸ਼ੀ ਕਰ ਲਈ, ਜਿਸ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗਿੱਦੜਬਾਹ ਦੇ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਮ੍ਰਿਤਕ ਦਿਆਲ ਸਿੰਘ ਦੇ ਬੇਟੇ ਪਰਮਜੀਤ ਸਿੰਘ ਨੇ ਦੱਸਿਆ ਕਿ ਉਸਦੇ ਪਿਤਾ ਨੇ ਬੀਤੀ 30 ਨਵੰਬਰ ਨੂੰ ਸਥਾਨਕ ਪੁਲਿਸ ਸਟੇਸ਼ਨ 'ਚ ਸਰਬਜੀਤ ਕੌਰ, ਪਤਨੀ ਜਸਵੀਰ ਸਿੰਘ ਅਤੇ ਜਸਵੀਰ ਸਿੰਘ ਵਿਰੁੱਧ ਕਾਰਵਾਈ ਕਰਨ ਲਈ ਸ਼ਿਕਾਇਤ ਕੀਤੀ ਸੀ, ਜਿਸ 'ਚ ਉਹਨਾਂ ਪਤ ਪਤੀ ਪਤਨੀ ਵੱਲੋਂ ਤੰਗ ਪਰੇਸ਼ਾਨ ਅਤੇ ਅਪਸ਼ਬਦ ਬੋਲਣ ਦੀ ਸ਼ਿਕਾਇਤ ਕੀਤੀ ਸੀ। ਇਹ ਮੇਰਾ ਭਰਾ ਸੀ, ਮੇਰਾ ਬ੍ਰਦਰ ਸੀ ਜੀ, ਇੱਥੇ ਰਹਿੰਦਾ ਸੀ ਗਿੱਦੜਵੇ। ਇਹ ਜਨਾਨੀ ਇੱਕ ਚਰਨ ਢਿੱਲੋਂ ਦੇ ਕੰਮ ਕਰਦੀ ਆ। ਮੇਰੇ ਭਰਾ ਨੂੰ ਲੈਕੋ ਲੈ ਕੇ ਬਹਿ ਗਈ ਹੈ ਜਨਾਨੀ। ਮੇਰੇ ਭਰਾ ਨੂੰ ਹੋ ਗਿਆ 2 ਮਹੀਨੇ ਅਸੀਂ ਪੇਸ਼ ਕਰਾਇਆ, 2 ਲੱਖ ਰੁਪਇਆ ਲਾਇਆ ਉਹਦੇ 'ਤੇ, ਅਤੇ ਢਿੱਲੋਂ ਸਾਡੇ 'ਤੇ ਖਾਰ ਕੱਢੀ ਜਾਂਦਾ ਜੀ ਬਹੁਤ ਜ਼ਿਆਦਾ। ਪਿੱਛੇ ਸਾਡੇ ਤੂੰ ਤੂੰ ਮੈਂ ਹੋ ਗਈ ਸੀਗੀ, ਅਤੇ ਢਿੱਲੋਂ ਸਾਹਿਬ ਸਾਡੇ 'ਤੇ ਬਹੁਤ ਜ਼ਿਆਦਾ ਖਾਰ ਖਾਂਦੇ ਆ। ਮਹੀਨੇ ਕੁ ਬਾਅਦ ਸਾਨੂੰ ਕੋਈ ਨਾ ਕੋਈ ਨਵਾਂ ਪੰਗਾ ਪਾਈ ਰੱਖਦੇ ਆ, ਮਹੀਨੇ ਕੁ ਬਾਅਦ ਕੋਈ ਨਾ ਕੋਈ ਨਵਾਂ ਪੰਗਾ ਪਾਈ ਰੱਖਦੇ ਆ। ਅੱਜ ਕੀ ਹੋਇਆ, ਕੀ ਹੋਇਆ, ਅੱਜ ਕੀ ਹੋਣਾ ਸਰ? ਥਾਣੇ 'ਚ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਸਰ। ਸਾਨੂੰ 2 ਮਹੀਨੇ ਹੋ ਗਏ ਥਾਣੇ 'ਚ ਜਾਂਦੇ ਨੂੰ। DSP ਸਾਹਿਬ ਨੂੰ ਵੀ ਕਿਹਾ ਸੀ, DSP ਸਾਹਿਬ ਫੋਨ ਕਰਦੇ SHO ਸਾਹਿਬ ਨੂੰ, ਅਤੇ SHO ਸਾਹਿਬ ਸਾਡੀ ਕੋਈ ਸੁਣਵਾਈ ਨਹੀਂ ਕਰਦਾ। ਹਾਂਜੀ, ਸਾਰਾ ਕੁਛ ਹੈਗਾ ਸਰ ਉਹਨਾਂ ਕੋਲ, ਸਾਰਾ ਕੁਛ ਹੈਗਾ ਵੀ ਮੈਂ ਇਹਨਾਂ ਤੋਂ ਤੰਗ ਆ, ਅਤੇ ਮੈਂ ਇਹਨਾਂ ਤੋਂ ਤੰਗ ਆ ਕਿ ਆਤਮ ਹੱਤਿਆ ਜਦੋਂ ਵੀ ਕੀਤੀ ਤਾਂ ਨਾ ਇਹਨਾਂ ਦਾ ਲਾਇਆ ਜਾਵੇ। ਕਿਸ ਤਰ੍ਹਾਂ ਕੀਤੀ ਫਿਰ? ਐਂ ਨਹੀਂ ਪਤਾ ਸਾਨੂੰ ਕਿਵੇਂ ਹੋਇਆ। ਨਹੀਂ ਜੀ, ਸਾਡੇ ਕੋਈ ਦਰਖਾਸਤ ਨਹੀਂ ਆਈ ਉਹ ਜੀ। ਮੇਰੇ ਕੋਲ 2 ਦਰਖਾਸਤਾਂ ਆਈਆਂ ਸੀ ਜੀ, ਇੱਕ 181 ਦਾ ਆਈ ਸੀ, ਇੱਕ ਲੋਕਲ PC ਦੀ ਆਈ ਸੀ ਜੀ, ਜਿਹਨਾਂ ਦੋਵਾਂ ਸਬੰਧ 'ਚ ਰਾਈ ਦਾਉਂ ਕਰਕੇ ਸਾਡੇ ਪਹਿਲਾਂ ਵੀ ਕਿਸੇ ਕੇਸ 'ਚ ਉਹਨੂੰ ਬੁਲਾਇਆ ਗਿਆ ਜਾਂ ਨਾ? ਜੀ, ਬੜੇ ਬੜੇ ਪਰੇਸ਼ਾਨ ਕੀਤਾ ਜਾ ਰਿਹਾ ਸੀ ਨਾ ਜੀ। ਮੈਂ ਚਾਹੁੰਦਾ ਮੈਂ ਤਾਂ ਨਹੀਂ ਬੁਲਾਇਆ ਕਦੇ ਕਿਸੇ ਕੇਸ 'ਚ ਜੀ। ਸਾਡੇ ਕੋਲ ਤਾਂ ਕੱਲ੍ਹ ਦਰਖਾਸਤ ਆਈ, ਅੱਜ ਦੋਵਾਂ ਪਾਰਟੀਆਂ ਕੰਪਰੋਮਾਈਜ਼ ਕਰਕੇ ਚੱਲ ਗਏ ਘਰ ਨੂੰ ਆਪਣੀ ਮਰਜ਼ੀ ਨਾਲ ਜੀ। ਬੋਡੀ ਹੋਸਪਿਟਲ ਬਈ ਕਿਸ ਤਰ੍ਹਾਂ ਕਾਰਵਾਈ ਕਰੀ ਪੁਲਿਸ? ਹੁਣ ਬਹੁਤ ਜਾ ਰਹੇ ਮੌਕੇ 'ਤੇ ਵੇਖ ਲਏ ਕਿ ਜਿਹੋ ਜਿਹੇ ਹਾਲਾਤ ਹੋ ਜਾਏ ਕਦ ਕੁਆਰੀ ਕਰਾਂਗੇ ਜੀ। ਪ੍ਰਾਈਮ ਪੰਜਾਬ ਲਈ ਗਿੱਦੜਬਾਹ ਤੋਂ ਹਰਵਿੰਦਰ ਸਿੰਘ ਦੀ ਰਿਪੋਰਟ। ਵਧੇਰੇ ਜਾਣਕਾਰੀ ਲਈ ਅਤੇ ਸਾਡੇ ਨਾਲ ਜੁੜੇ ਰਹਿਣ ਲਈ ਤੁਰੰਤ ਸਬਸਕ੍ਰਾਈਬ ਕਰੋ ਪ੍ਰਾਈਮ ਪੰਜਾਬ ਨਿਊਜ਼।